ਡੇਰਾ ਸੰਤ ਟਹਿਲਦਾਸ ਅਪਰਾ ਵਿਖੇ ਡੇਰੇ ਦੇ ਸੰਚਾਲਕ ਸੰਤ ਆਤਮਾ ਦਾਸ ਜੀ ਦੀ ਅਗਵਾਈ ਹੇਠ ਧੀਆਂ ਦੀ ਲੋਹੜੀ ਦਾ 6ਵਾਂ ਸਮਾਗਮ ਕੀਤਾ ਗਿਆ, ਜਿੱਥੇ ਇਲਾਕੇ ਭਰ ਤੋਂ ਪੁੱਜੀਆਂ 125 ਦੀ ਲੋਹੜੀ ਪਾਈ ਗਈ। ਸਮਾਗਮ ਵਿੱਚ ਇਸਤਰੀ ਤੇ ਬਾਲ ਵਿਕਾਸ ਅਫਸਰ ਬਲਾਕ ਫਿਲੌਰ ਮੈਡਮ ਸ਼ੰਕੁੰਤਲਾ ਰਾਣੀ ਮੁੱਖ ਮਹਿਮਾਨ ਵਜੋਂ ਪੁੱਜੇ, ਜਦਕਿ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਪੰਜਾਬ ਦੇ ਚੇਅਰਮੈਨ ਸੰਤ ਮਹਿੰਦਰਪਾਲ ਪੰਡਵਾ ਅਤੇ ਪ੍ਰਧਾਨ ਸੰਤ ਕੁਲਵੰਤ ਦਾਸ ਪਰਮਜਾਰਾ ਵਿਸ਼ੇਸ਼ ਤੌਰ ਤੇ ਪੁੱਜੇ ਅਤੇ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ। ਇਸ ਮੌਕੇ ਆਜ਼ਾਦ ਰੰਗਮੰਚ ਚੱਕ ਦੇਸਰਾਜ ਕਲਾ ਭਵਨ ਫਗਵਾੜਾ ਦੀ ਨਾਟਕ ਟੀਮ ਨੇ ਇਨਕਲਾਬੀ ਨਾਟਕ ਕ੍ਰਾਂਤੀ ਜੋਤ ਮਾਤਾ ਸਵਿਤਰੀ ਬਾਈ ਫੂਲੇ ਨਾਟਕ ਖੇਡ ਕੇ ਸਮਾਜ ਨੂੰ ਸੁਨੇਹਾ ਦਿੱਤਾ ਕਿ ਜੇਕਰ ਜੋਤੀ ਬਾ ਫੂਲੇ ਅਤੇ ਸਵਿਤਰੀ ਬਾਈ ਫੂਲੇ ਸਮਾਜ ਦੇ ਅੰਦਰ ਕ੍ਰਾਂਤੀ ਲਿਆ ਸਕਦੇ ਹਨ ਤਾਂ ਸਾਨੂੰ ਵੀ ਸਮਾਜ ਵਿੱਚ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਮੌਕੇ ਸਰਕਾਰੀ ਹਾਈ ਸਕੂਲ ਅਪਰਾ ਅਤੇ ਸਰਕਾਰੀ ਹਾਈ ਸਕੂਲ ਛੋਕਰਾਂ ਦੇ ਬੱਚਿਆਂ ਨੇ ਕੋਰੀਓਗ੍ਰਾਫੀਆਂ ਰਾਹੀਂ ਬੇਟੀਆਂ ਦਾ ਸਤਿਕਾਰ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਪ੍ਰਬੰਧਕਾਂ ਵੱਲੋਂ ਸਮਾਗਮ ਵਿੱਚ ਪੁੱਜੀਆਂ ਤੀਆਂ ਨੂੰ ਮੂੰਗਫਲੀ ਰਿਓੜੀਆਂ ਅਤੇ ਤੋਹਫ਼ੇ ਦਿੱਤੇ ਗਏ। ਪ੍ਰਬੰਧਕਾਂ ਵੱਲੋਂ ਆਏ ਮਹਿਮਾਨਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਗਿਆ। ਕੋਈ ਵੀ ਭੈਣ ਕੋਈ ਵੀ ਬੱਚਾ ਗਿਫਟ ਤੋਂ ਬਗੈਰ ਨਾ ਜਾਵੇ, ਲੰਗਰ ਛਕਣ ਤੋਂ ਬਗੈਰ ਨਾ ਜਾਵੇ, ਭੰਗੜਾ ਪਾਉਣ ਤੋਂ ਬਗੈਰ ਨਾ ਜਾਵੇ। ਹਾਂਜੀ ਅਸੀਂ
ਅੰਦਰ ਵੇਖੋ ਜੀ ਬਾਹਰ ਉਹ ਤੁਸੀਂ ਇੱਕ ਤੋਹਫਾ ਤੁਹਾਨੂੰ ਮੋਲੇ ਸ਼ੁਕਰੇ ਰੱਬ ਦਾ ਅੱਜ ਸਾਡੇ ਘਰ ਆਏ ਜੀ ਸਾਡੇ ਘਰ ਆਏ ਇਸ ਵੇਲੇ ਡੇਰਾ ਸੰਤ ਟਹਿਲਦਾਸ ਅਪਰਾ ਦੇ ਵਿੱਚ ਡੇਰੇ ਦੇ ਪ੍ਰਬੰਧਕ ਸੰਚਾਲਕ ਸੰਤ ਆਤਮਾ ਦਾਸ ਜੀ ਅਤੇ ਸਮੂਹ ਸੇਵਾਦਾਰਾਂ ਦੇ ਵੱਲੋਂ ਇੱਕ ਧੀਆਂ ਦੀ ਲੋਹੜੀ ਦੇ ਸੰਬੰਧ ਵਿੱਚ ਸਮਾਗਮ ਕੀਤਾ ਗਿਆ ਜਿੱਥੇ ਧੀਆਂ ਨੂੰ ਬੱਚੀਆਂ ਨੂੰ ਗਿਫਟ ਤੋਹਫੇ ਦਿੱਤੇ ਗਏ ਧੀਆਂ ਦੇ ਗੀਤ ਗਾਏ ਗਏ ਨਾਟਕ ਕੀਤੇ ਗਏ ਕੋਰੀਓਗ੍ਰਾਫੀਆਂ ਕੀਤੀਆਂ ਗਈਆਂ ਆਓ ਪੁੱਛਦੇ ਹਾਂ ਜਿਨ੍ਹਾਂ ਦੇ ਕੁੱਛੜ ਚੱਕੀਆਂ ਹੋਈਆਂ ਨਿੱਕੀਆਂ ਨਿੱਕੀਆਂ ਧੀਆਂ ਨੇ ਇਹ ਅੱਜ ਦੇ ਸਮਾਗਮ ਦੇ ਵਿੱਚ ਤੁਸੀਂ ਪਹੁੰਚ ਕੇ ਅੱਜ ਕੀ ਸਿੱਖਣ ਨੂੰ ਮਿਲਿਆ ਕੀ ਕਹਿਣਾ ਚਾਹੁੰਦੇ ਤੁਸੀਂ ਜੀ ਇਹਦੇ ਲਈ ਸਾਨੂੰ ਤਾਂ ਬਹੁਤ ਵਧੀਆ ਲੱਗਾ ਆ ਭਾਅ ਜੀ ਚੱਕ ਕੇ ਪੋਤੀ ਆਪਣੀ ਲੋਹੜੀ ਦੀ ਖੁਸ਼ੀ ਮਨਾਈ ਆ ਅੱਗੇ ਧੀਆਂ ਨੂੰ ਵੀ ਇਹੀ ਬੇਨਤੀ ਆ ਕਿ ਧੀਆਂ ਵੀ ਅੱਗੇ ਆਪਣੀਆਂ ਧੀਆਂ ਨੂੰ ਵਧਾਉਣ ਪੜ੍ਹਾਉਣ ਲਿਖਾਉਣ ਲਈ ਵੀ ਵਧਾਉਣ ਨੌਹਾਂ ਨੂੰ ਵੀ ਇਹੀ ਆ ਕਿ ਕੋਈ ਇੱਦਾਂ ਫਰਕ ਨਾ ਕਰਨ ਬੱਚੇ ਦੇ ਨਾਲ ਮੁੰਡਿਆਂ ਕੁੜੀਆਂ ਦਾ ਕੋਈ ਫਰਕ ਨਾ ਕਰਨ ਪੁਰਾਣੇ ਸਮਿਆਂ ਦੇ ਵਿੱਚ ਇੱਦਾਂ ਫਰਕ ਹੁੰਦਾ ਸੀਗਾ ਹਾਂਜੀ ਬਹੁਤ ਫਰਕ ਹੁੰਦਾ ਸੀਗਾ ਅੱਗੇ ਧੀਆਂ ਨੂੰ ਚੰਗਾ ਨਹੀਂ ਸੀ ਸਮਝਦੇ ਹੁੰਦੇ ਹੁਣ ਬਹੁਤ ਵਧੀਆ ਲੱਗਦਾ ਹੈ ਜਿੱਦਾਂ ਕਿ ਧੀਆਂ ਦੀ ਖੁਸ਼ੀ ਬਹੁਤ ਹੁੰਦੀ ਆ ਮੈਂ ਚੱਕ ਕੇ ਪੋਤੀ ਆਪਣੀ ਬਹੁਤ ਖੁਸ਼ ਆ ਭੰਗੜਾ ਵੀ ਪਾਇਆ ਸੀਗਾ ਹਾਂਜੀ ਭੰਗੜਾ ਪਾਇਆ ਖੂਬ ਭੰਗੜਾ ਮੈਡਮ ਜੀ ਤੁਸੀਂ ਧੀਆਂ ਦੀ ਲੋਹੜੀ ਦੇ ਸਮਾਗਮ ਵਿੱਚ ਅੱਜ ਪਹੁੰਚੇ ਹੋ ਇੱਥੇ ਤੁਸੀਂ ਰੌਣਕ ਮੇਲਾ ਦੇਖਿਆ ਧੀਆਂ ਨੂੰ ਗਿਫਟ ਦਿੱਤੇ ਗਏ ਤੋਹਫੇ ਦਿੱਤੇ ਗਏ ਕੀ ਚੰਗਾ ਲੱਗਿਆ ਤੁਹਾਨੂੰ ਅੱਜ ਸਭ ਕੁਝ ਵਧੀਆ ਲੱਗਿਆ ਕੁੜੀਆਂ ਬਾਰੇ ਜੋ ਅਗੇਹਾ ਸਹੀ ਸੀਗਾ ਠੀਕ ਸੀਗਾ ਅੱਜ ਦਾ ਸਮਾਜ ਹੁਣ ਅੱਗੇ ਨਾਲੋਂ ਬਹੁਤ ਜ਼ਿਆਦਾ ਬਦਲ ਗਿਆ ਤੁਹਾਨੂੰ ਲੱਗਦਾ ਵੀ ਇੱਦਾਂ ਦੇ ਸਮਾਗਮ ਹੋਣੇ ਚਾਹੀਦੇ ਆ ਹਾਂਜੀ ਅਗਲੇ ਸਾਲ ਵੀ ਕਰਨਾ ਚਾਹੀਦਾ ਹਾਂਜੀ ਠੀਕ ਹੈ ਜੀ ਧੰਨਵਾਦ ਜੀ ਮਤਾ ਇਹ ਤੁਸੀਂ ਅੱਗੇ ਆ ਜਾਓ ਥੋੜ੍ਹਾ ਜਿੱਦਾਂ ਪੁਰਾਣੇ ਸਮਿਆਂ ਦੇ ਵਿੱਚ ਬੇਟੀ ਅਤੇ ਬੇਟੇ 'ਚ ਬੜਾ ਫਰਕ ਹੁੰਦਾ ਸੀ ਹੁਣ ਕੀ ਲੱਗਦਾ ਤੁਹਾਨੂੰ ਬਈ ਹੁਣ ਕੁਛ ਫਰਕ ਅੱਗੇ ਨਾਲੋਂ ਘਟਿਆ ਨਹੀਂ ਘਟਿਆ ਜੀ ਬਹੁਤ ਫਰਕ ਆ ਜੀ ਇੱਦਾਂ ਕੁੜੀਆਂ ਜ਼ਿਆਦਾ ਪੜ੍ਹਦੀਆਂ ਮੁੰਡੇ ਨਹੀਂ ਪੜ੍ਹਦੇ ਇਸ ਕਰਕੇ ਜ਼ਿਆਦਾ ਫਰਕ ਬਹੁਤ ਪਿਆ ਆ ਇਹਨਾਂ ਹੁਣ ਮੁੰਡਿਆਂ ਤੋਂ ਤਾਂ ਪੜ੍ਹੇ ਨਹੀਂ ਹੁੰਦਾ ਕੁੜੀਆਂ ਜਾਂਦੀਆਂ ਜਾਂ ਪੜ੍ਹ ਸਕਦੀਆਂ ਆ ਕੀ ਕਹਿਣਾ ਚਾਹੁੰਦੇ ਆ ਤੁਸੀਂ ਸਮਾਜ ਨੂੰ ਬਈ ਜਿਹੜੀਆਂ ਬੱਚੀਆਂ ਨਿੱਕੀ ਨਿੱਕੀਆਂ ਨੂੰ ਵੱਧ ਤੋਂ ਵੱਧ ਪੜ੍ਹਾਉਣਾ ਚਾਹੀਦਾ ਅਫਸਰ ਬਣਾਉਣਾ ਚਾਹੀਦਾ ਹਾਂਜੀ ਵੱਧ ਤੋਂ ਵੱਧ ਪੜ੍ਹਾਉਣਾ ਚਾਹੀਦਾ ਇਹਨਾਂ ਤੋਂ ਜਿੰਨੇ ਹੀ ਹੋ ਸਕਦੇ ਉਨੇ ਪੜ੍ਹਾਈ ਜਾਂਦੇ ਆ
ਧੰਨਵਾਦ ਤੁਹਾਡਾ। ਇਹ ਭੈਣਾਂ ਨਿੱਕੀ ਨਿੱਕੀਆਂ ਬੱਚੀਆਂ ਨੂੰ ਆਪਣੇ ਪਰਿਵਾਰ ਦੇ ਜੀਆਂ ਨੂੰ ਲੈ ਕੇ ਆਏ ਨੇ। ਆਓ ਪੁੱਛਦੇ ਆ, ਜਿਵੇਂ ਅੱਜ ਤੁਸੀਂ ਸਮਾਗਮ ਦੇ ਵਿੱਚ ਆਏ ਧੀਆਂ ਦੀ ਲੋਹੜੀ ਦੇ ਵਿੱਚ, ਹਾਂਜੀ, ਕੀ ਤੁਹਾਨੂੰ ਦੇਖਣ ਨੂੰ ਲੱਗਿਆ ਇੱਥੇ? ਬਹੁਤ ਖੁਸ਼ੀ ਹੋਈ ਸਾਨੂੰ ਦੇਖ ਕੇ, ਬਹੁਤ ਵਧੀਆ ਲੱਗਾ ਕਿ ਹਾਂਜੀ ਕੁੜੀਆਂ ਦਾ ਵੀ ਅੱਜ ਕੱਲ੍ਹ ਦਰਜਾ ਉੱਪਰ ਹੋ ਰਿਹਾ ਆ, ਸਾਰੇ ਜਣੇ ਕੁੜੀਆਂ ਨੂੰ ਵੀ ਉਨਾ ਹੀ ਪਿਆਰ ਕਰਦੇ ਆ ਜਿੰਨਾ ਕਿ ਮੁੰਡਿਆਂ ਨੂੰ ਕਰਦੇ ਆ। ਵਧੀਆ ਲੱਗਾ ਸਭ ਦੇਖ ਕੇ। ਇੱਥੇ ਅੱਜ ਦੇ ਸਮਾਗਮ ਦੇ ਵਿੱਚ ਕੀ ਸੁਨੇਹਾ ਦਿੱਤਾ ਗਿਆ ਸੀਗਾ ਵੀ ਬੇਟੀ ਜਿਹੜੀ ਹੈ ਉਹਨੂੰ ਵੱਧ ਤੋਂ ਵੱਧ ਪੜ੍ਹਾਓ, ਵੱਡੇ ਵੱਡੇ ਅਫਸਰ ਬਣਾਓ, ਘਰ ਦੀ ਚਾਰ ਦੀਵਾਰੀ 'ਚ ਕੈਦ ਨਾ ਕਰੋ, ਕੀ ਕਹਿਣਾ ਚਾਹੁੰਦੇ ਤੁਸੀਂ? ਇਹ ਬਹੁਤ ਵਧੀਆ ਦਿੱਤਾ ਸੀ, ਜੋ ਵੀ ਲੈਕਚਰ ਦਿੱਤਾ ਸੀ ਬਹੁਤ ਵਧੀਆ ਲੱਗਿਆ। ਐਂ ਵਾਲੀਆਂ ਗੱਲਾਂ ਕਿ ਹਾਂਜੀ ਬੱਚੇ ਨੂੰ ਕੈਦ ਨਹੀਂ ਕਰਨਾ ਚਾਹੀਦਾ, ਅੱਜ ਕੱਲ੍ਹ ਦੇ ਸਮੇਂ ਵਿੱਚ ਬੱਚੇ ਆਪਣੇ ਮੁੰਡਿਆਂ ਦੇ ਬਰਾਬਰ ਤਾਂ ਨਹੀਂ ਫੈਲਣੀ ਚਾਹੀਦੀ ਹੈ, ਸਾਰਾ ਕੰਮ ਕਰਨਾ ਚਾਹੀਦਾ। ਅਤੇ ਤੁਸੀਂ ਕੀ ਕਹਿਣਾ ਚਾਹੁੰਦੇ ਸਮਾਜ ਨੂੰ ਜਿਨ੍ਹਾਂ ਦੇ ਘਰ ਨਿੱਕੀਆਂ ਨਿੱਕੀਆਂ ਅੱਜ ਬੱਚੀਆਂ ਹੈ, ਤੁਹਾਨੂੰ ਲੋਕ ਟੀਵੀ ਦੇ ਵਿੱਚ ਦੇਖ ਰਹੇ ਨੇ, ਕੀ ਕਹਿਣਾ ਚਾਹੁੰਦੇ ਉਹਨਾਂ ਨੂੰ ਤੁਸੀਂ? ਮੈਂ ਸਾਰਿਆਂ ਨੂੰ ਇਹ ਕਹਿਣਾ ਚਾਹੁੰਦੀ ਹਾਂ ਕਿ ਕੁੜੀਆਂ ਨੂੰ ਵੀ ਮੁੰਡਿਆਂ ਵਾਲਾ ਪਿਆਰ ਦਿਓ ਅਤੇ ਕੁੜੀਆਂ ਨੂੰ ਐਨ ਬਰਾਬਰੀ ਦਿਓ, ਮੁੰਡਿਆਂ ਦੇ ਮੁਤਾਬਿਕ ਰੱਖੋ। ਜਦੋਂ ਕੁੜੀ ਜਵਾਨ ਹੁੰਦੀ ਹੈ ਉਹਦੇ ਮਾਪਿਆਂ ਨੂੰ ਚਿੰਤਾ ਪੈ ਜਾਂਦੀ ਹੈ, ਅਸੀਂ ਪੈਲਸ ਕਰਨਾ, ਦਾਜ ਦੇਣਾ, ਬਹੁਤ ਪ੍ਰਬੰਧ ਕਰਨੇ ਪੈ ਜਾਂਦੇ, ਇੱਦਾਂ ਨਹੀਂ ਲੱਗਦਾ ਵੀ ਦਾਜ ਬੰਦ ਕਰ ਦੇਣਾ ਚਾਹੀਦਾ? ਹਾਂਜੀ, ਇਹ ਵਾਲਾ ਬੰਦ ਕਰਨਾ ਚਾਹੀਦਾ, ਦਹੇਜ ਦੇਣਾ ਬੰਦ ਕਰ ਦੇਣਾ ਚਾਹੀਦਾ, ਲੈਣਾ ਵੀ ਬੰਦ ਕਰਨਾ ਚਾਹੀਦਾ। ਆਪਾਂ ਪਹਿਲ ਕਰਾਂਗੇ ਤਾਂ ਦੁਨੀਆਂ ਨੇ ਆਪਣੇ ਮਗਰ ਚੱਲਣਾ ਆ, ਇਸ ਲਈ ਮੈਂ ਇਹ ਸਾਰਿਆਂ ਨੂੰ ਕਹੂੰਗੀ ਕਿ ਨਾ ਦਹੇਜ ਲਓ ਨਾ ਦਿਓ, ਆਪਣੀ ਬੱਚੀ ਦੇ ਵਧੀਆ ਪੜ੍ਹਾਓ, ਵਧੀਆ ਲਿਖਾਓ, ਅਤੇ ਫਿਰ ਸਮਾਜ ਬਰਾਬਰ ਹੋ ਜਾਏਗਾ ਨਾ ਜੋ ਦਾਜ ਦੇ। ਹਾਂਜੀ ਹਾਂਜੀ, ਫਿਰ ਸਮਾਜ। ਬਹੁਤ ਬਹੁਤ ਧੰਨਵਾਦ। ਹੋਰ ਵੀ ਇੱਥੇ ਅੱਜ ਬਹੁਤ ਭੈਣਾਂ ਪਹੁੰਚੀਆਂ ਨੇ ਨਿੱਕੀ ਨਿੱਕੀ ਬੱਚਿਆਂ ਨੂੰ ਲੈ ਕੇ, ਜਿਵੇਂ ਤੁਸੀਂ ਅੱਜ ਸਮਾਗਮ ਦੇ ਵਿੱਚ ਪਹੁੰਚੇ, ਕੀ ਤੁਹਾਨੂੰ ਅੱਜ ਇੱਥੋਂ ਸਿੱਖਣ ਨੂੰ ਗੱਲ ਮਿਲੀ ਆ, ਕੀ ਘਰ ਜਾ ਕੇ ਦੱਸੋਗੇ? ਅਸੀਂ ਤਾਂ ਇਹੀ ਦੱਸਾਂਗੇ ਮੁੰਡੇ ਕੁੜੀ 'ਚ ਕੋਈ ਫਰਕ ਨਾ ਕਰੋ, ਜਿੱਦਾਂ ਮੁੰਡੇ ਦੀ ਪਰਵਰਿਸ਼ ਕਰਦੇ ਆ ਉਦੇ ਕੁੜੀਆਂ ਦੀ ਪਰਵਰਿਸ਼ ਕਰੋ, ਜਿੱਦਾਂ ਮੁੰਡੇ ਨੂੰ ਪੜ੍ਹਾਉਂਦੇ ਉਦੇ ਕੁੜੀ ਨੂੰ ਵੀ ਪੜ੍ਹਾਓ, ਮਤਲਬ ਕੁੜੀਆਂ ਨੂੰ ਪਿੱਛੇ ਨਾ ਰੱਖੋ ਮੁੰਡਿਆਂ। ਜਦੋਂ ਤੁਸੀਂ ਛੋਟੇ ਸੀ ਤੁਹਾਡੇ ਨਾਲ ਵਿਤਕਰਾ ਹੋਇਆ ਸੀ? ਹਾਂਜੀ ਹੋਇਆ ਸੀ ਨਾ, ਹੁਣ ਆਪਣੀ ਬੇਟੀ ਨਾਲ ਤਾਂ ਨਹੀਂ ਕਰੋਗੇ? ਨਹੀਂ ਜੀ, ਅਸੀਂ ਤਾਂ ਦਿਹਾੜੀ ਵੀ ਕਰਦੇ, ਇਹਨਾਂ ਦੇ ਪਾਪਾ ਆਪਾਂ ਜ਼ਰੂਰ ਪੜ੍ਹਾਵਾਂਗੇ, ਜਿੰਨਾ ਇਹ ਕਹੋਗੇ ਉੱਥੇ ਤੱਕ ਪੜ੍ਹਾਵਾਂਗੇ। ਅੱਜ ਦੇ ਇਸ ਸਮਾਗਮ ਦਾ ਅਸਰ ਲੱਗਦਾ, ਹਰ ਇੱਕ ਮਾਂ ਜਿਹੜੀ ਹੈ ਉਹ ਕਹਿ ਰਹੀ ਹੈ ਕਿ ਅਸੀਂ ਆਪਣੀ ਬੇਟੀ ਨੂੰ ਵੱਧ ਤੋਂ ਵੱਧ ਪੜ੍ਹਾਵਾਂਗੇ, ਵੱਧ ਤੋਂ ਵੱਧ ਲਿਖਾਵਾਂਗੇ। ਅੱਜ ਦੇ ਸਮਾਗਮ ਦਾ ਕਾਫੀ ਲੱਗਦਾ ਕਿ ਲੋਕਾਂ ਦੇ ਵਿੱਚ ਪ੍ਰਭਾਵ ਪਿਆ ਹੈ। ਅੱਜ ਦੇ ਸਮਾਗਮ ਨੂੰ ਚਾਰ ਚੰਨ ਲਾਉਣ ਦੇ ਵਾਸਤੇ CDPO ਮੈਡਮ ਫਿਲੌਰ ਅਤੇ ਰੁੜਕਾ ਕਲਾਂ ਤੋਂ ਮੈਡਮ ਸ਼ਕੁੰਤਲਾ ਰਾਣੀ ਜੀ ਵੀ ਪਹੁੰਚੇ ਨੇ। ਆਓ ਮੈਡਮ ਜੀ ਉਹਨਾਂ ਨੂੰ ਪੁੱਛਦੇ ਹਾਂ ਕਿ ਅੱਜ ਦੇ ਸਮਾਗਮ ਵਿੱਚ ਤੁਹਾਨੂੰ ਕਿਵੇਂ ਲੱਗਿਆ, ਔਰ ਇਸ ਟੈਲੀਵਿਜ਼ਨ ਦੇ ਰਾਹੀਂ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਕਿ ਬੱਚੀਆਂ ਦੀ ਮਾਵਾਂ ਨੂੰ? ਬੱਚੀਆਂ ਦੀ ਮਾਵਾਂ ਨੂੰ ਅਸੀਂ ਤਾਂ ਇਹੀ ਸੁਨੇਹਾ ਦੇਣਾ ਚਾਹੁੰਦੇ ਹਾਂ ਵੀ ਮਤਲਬ ਆਪਣੀ ਧੀਆਂ ਅਤੇ ਪੁੱਤਾਂ ਵਿੱਚ ਕੋਈ ਫਰਕ ਨਾ ਕੀਤਾ ਜਾਵੇ, ਇਹਨਾਂ ਨੂੰ ਵੀ ਪੁੱਤਾਂ ਦੇ ਬਰਾਬਰ ਹੀ ਵੱਧ ਤੋਂ ਵੱਧ ਮਤਲਬ ਪੜ੍ਹਾਇਆ ਜਾਵੇ ਅਤੇ ਬਹੁਤ ਵੱਡੇ ਮਤਲਬ ਅਫਸਰ ਬਣਾਈਆਂ ਜਾਣ ਧੀਆਂ ਨੂੰ। ਅਤੇ ਧੀਆਂ ਦੇ ਨਾਲ ਕਿਸੇ ਤਰ੍ਹਾਂ ਦਾ ਵੀ ਕੋਈ ਖਾਣ ਪੀਣ ਦੇ ਮਾਮਲੇ 'ਚ, ਕੋਈ ਪੜ੍ਹਾਈ ਦੇ ਮਾਮਲੇ 'ਚ ਕਿਸੇ ਤਰ੍ਹਾਂ ਦਾ ਕੋਈ ਵਿਤਕਰਾ ਨਾ ਕੀਤਾ ਜਾਵੇ, ਉਹਨਾਂ ਨੂੰ ਵੱਧ ਤੋਂ ਵੱਧ ਪਿਆਰ ਦਿੱਤਾ ਜਾਵੇ ਅਤੇ ਸਤਿਕਾਰ ਦਿੱਤਾ ਜਾਵੇ। ਮੈਡਮ ਜੀ, ਜਿਵੇਂ ਤੁਸੀਂ ਅਫਸਰ ਹੋ, ਤੁਹਾਡੇ ਅੰਡਰ ਸਾਰੀਆਂ ਉਹ ਪ੍ਰੈਗਨੈਂਟ ਮਾਵਾਂ ਨਾਲ ਤੁਹਾਡਾ ਵਾਹ ਪੈਂਦਾ, ਬੱਚੀਆਂ ਨਿੱਕੀ ਨਿੱਕੀ ਨਾਲ ਵਾਹ ਪੈਂਦਾ, ਤੁਹਾਨੂੰ ਕੀ ਲੱਗਦਾ ਕਿ ਪੁੱਤਰ ਅਤੇ ਧੀ ਦੇ ਵਿੱਚ ਅੱਜ ਵੀ ਫਰਕ ਲੱਗਦਾ? ਅਜੇ ਵੀ ਹਾਂਜੀ, ਕੁਛ ਬਦਲਾਅ ਤਾਂ ਹੋਇਆ ਹੈਗਾ ਪਰ ਪੂਰਾ ਨਹੀਂ ਬਦਲਾਅ ਹੋਇਆ, ਅਜੇ ਵੀ ਹੈਗਾ ਫਰਕ ਇੱਥੇ ਹੈਗਾ, ਕਿਉਂਕਿ ਮਤਲਬ ਆਪਾਂ ਨੂੰ ਜਦੋਂ ਦੇਖਦੇ ਹਾਂ ਵੀ ਲੜਕੀਆਂ ਲਈ ਜਦੋਂ ਮਾਂ ਬਾਪ ਨੂੰ ਦਾਜ ਦੇਣਾ ਪੈਂਦਾ ਲੜਕੀ ਦੇ ਵਿਆਹ 'ਤੇ, ਉਸ ਵੇਲੇ ਮਾਂ ਬਾਪ ਦੀ ਬਹੁਤ ਵੱਡੀ ਪਰੇਸ਼ਾਨੀ ਖੜ੍ਹ ਜਾਂਦੀ ਆ, ਕਿਉਂਕਿ ਬਹੁਤ ਉਹਨਾਂ ਨੂੰ ਮਤਲਬ ਵਿਆਹ 'ਤੇ ਬਹੁਤ ਖਰਚਾ ਕਰਨਾ ਪੈਂਦਾ ਹੈਗਾ, ਵੱਡੇ ਵੱਡੇ ਪੈਲਸਾਂ ਦਾ ਇੰਤਜ਼ਾਮ ਕਰਨਾ ਪੈਂਦਾ ਹੈਗਾ, ਅਤੇ ਮਤਲਬ ਜਦੋਂ ਮਿਲਣੀਆਂ ਕਰਦੇ, ਅੱਜ ਕੱਲ੍ਹ ਅਸੀਂ ਦੇਖਦੇ ਹਾਂ ਹਜੇ ਵੀ ਦਹੇਜ ਸੋਨੇ ਦੀਆਂ ਮੁੰਦਰੀਆਂ ਪੜਾਉਣੀਆਂ ਪੈਂਦੀਆਂ, ਮੁੰਦਰੀਆਂ ਨਾਲ ਮਿਲਣੀਆਂ ਕਰਨੀਆਂ ਪੈਂਦੀਆਂ, ਇੱਥੇ ਲੱਗਦਾ ਵੀ ਲੜਕੀ ਅਤੇ ਲੜਕੇ ਵਿੱਚ ਹਜੇ ਵੀ ਵਿਤਕਰਾ ਕੀਤਾ ਜਾਂਦਾ। ਅਤੇ ਜਦੋਂ ਅਸੀਂ ਆਹ ਵੀ ਜਿਹੜੀ ਦਾਜ ਵਰਗੀ ਲਾਣਤ ਸਮਾਜ ਵਿੱਚੋਂ ਖਤਮ ਕੀਤੀ ਜਾਵੇ, ਅਤੇ ਫਿਰ ਹੀ ਅਸੀਂ ਸੋਚਾਂਗੇ ਵੀ ਧੀਆਂ ਦੇ ਨਾਲ ਅਤੇ ਨਾ ਹੀ ਧੀਆਂ ਨੂੰ ਕੁੱਖਾਂ ਵਿੱਚ ਕਤਲ ਕੀਤੀਆਂ ਜਾਣਗੀਆਂ, ਅਤੇ ਧੀਆਂ ਦੇ ਨਾਲ ਫਿਰ ਹੀ ਮਤਲਬ ਅਸੀਂ ਦੇਖਾਂਗੇ ਬਰਾਬਰ ਦਾ ਦਰਜਾ ਦਿੱਤਾ ਗਿਆ। ਮੈਡਮ ਜੀ, ਜਿਵੇਂ ਤੁਸੀਂ ਪੜ੍ਹ ਲਿਖ ਕੇ ਇੱਕ ਬਹੁਤ ਵੱਡੇ ਅਫਸਰ ਬਣੇ ਹੋ, ਸਮਾਜ ਨੂੰ ਕੀ ਕਹਿਣਾ ਚਾਹੁੰਦੇ ਤੁਸੀਂ? ਔਰਤਾਂ ਆਪਣੀਆਂ ਬੱਚੀਆਂ ਨੂੰ ਉਹ ਵੀ ਪੜ੍ਹਾਉਣ?
ਹਾਂਜੀ, ਔਰਤਾਂ ਨੂੰ ਅਸੀਂ ਇਹੀ ਸੁਨੇਹਾ ਦੇਣਾ ਚਾਹੁੰਦੇ ਹਾਂ, ਮਤਲਬ ਧੀਆਂ ਦੀ ਲੋਹੜੀ ਇਸ ਤਰ੍ਹਾਂ ਦੇ ਸਮਾਰੋਹ ਰਾਹੀਂ ਮਤਲਬ ਬੱਚੀਆਂ ਨੂੰ ਵੱਧ ਤੋਂ ਵੱਧ ਸਿੱਖਿਆ ਦਿੱਤੀ ਜਾਵੇ, ਬੱਚਿਆਂ ਨੂੰ ਖਾਣ ਪੀਣ ਨੂੰ ਵਧੀਆ ਖੁਰਾਕ ਦਿੱਤੀ ਜਾਵੇ ਅਤੇ ਵਧੀਆ ਉਹਨਾਂ ਨੂੰ ਪੜ੍ਹਾਈ ਕਰਵਾਈ ਜਾਵੇ ਅਤੇ ਉਹਨਾਂ ਨੂੰ ਵੱਧ ਤੋਂ ਵੱਧ ਪਿਆਰ ਦਿੱਤਾ ਜਾਵੇ ਅਤੇ ਮਤਲਬ ਕਿਸੇ ਵੀ ਮਤਲਬ ਮਾਮਲੇ ਵਿੱਚ ਉਹਨਾਂ ਦੇ ਨਾਲ ਪੁੱਤਰਾਂ ਦੇ ਨਾਲ ਕੋਈ ਫਰਕ ਨਾ ਕੀਤਾ ਜਾਵੇ ਅਤੇ ਧੀਆਂ ਨੂੰ ਵੱਧ ਤੋਂ ਵੱਧ ਪਿਆਰ ਸਤਿਕਾਰ ਦਿੱਤਾ ਜਾਵੇ ਅਤੇ ਪੁੱਤਰਾਂ ਨੂੰ ਵੀ ਪਿਆਰ ਦਿੱਤਾ ਜਾਵੇ, ਉਹਨਾਂ ਨੂੰ ਵੀ ਨਸ਼ਿਆਂ ਤੋਂ ਮਤਲਬ ਬਚਾਇਆ ਜਾਵੇ। ਅੱਜ ਦੇ ਸਮਾਗਮ ਦੇ ਵਿੱਚ ਜਿਨ੍ਹਾਂ ਬੱਚਿਆਂ ਨੇ ਛੋਟੀ ਛੋਟੀਆਂ ਬੱਚੀਆਂ ਨੇ ਗਿੱਧਾ ਪਾਇਆ, ਭੰਗੜਾ ਪਾਇਆ, ਬੜਾ ਉਤਸ਼ਾਹ ਦਿਖਾਇਆ ਔਰ ਅੱਜ ਦੇ ਸਮਾਗਮ ਦੇ ਵਿੱਚੋਂ ਬਹੁਤ ਕੁਝ ਸਿੱਖ ਕੇ ਵੀ ਜਾਣੀਆਂ ਬੱਚੇ। ਜਿੱਦਾਂ ਅੱਜ ਧੀਆਂ ਦੀ ਲੋਹੜੀ ਦਾ ਪ੍ਰੋਗਰਾਮ ਸੀ, ਅੱਜ ਤੁਹਾਨੂੰ ਕੀ ਸਿੱਖਣ ਨੂੰ ਮਿਲਿਆ, ਇਹਦੇ ਵਿੱਚ ਕੀ ਕੀਤਾ ਤੁਸੀਂ? ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ। ਮੇਰੇ ਸਕੂਲ ਦਾ ਨਾਮ ਸਰਕਾਰੀ ਮਿਡਲ ਸਕੂਲ ਸ਼ੋਕਰਾ ਹੈ। ਮੇਰਾ ਵੱਡਾ ਹੋ ਕੇ ਪਾਇਲਟ ਬਣਨ ਦਾ ਸੁਪਨਾ ਹੈ। ਮੈਂ ਚਾਹੁੰਦੀ ਹਾਂ ਕਿ ਮੇਰੇ ਮਾਪੇ, ਮੇਰੇ ਅਧਿਆਪਕਾ ਅਤੇ ਮੇਰੇ ਸਕੂਲ ਦਾ ਨਾਮ ਰੋਸ਼ਨ ਹੋਵੇ। ਹਾਂ, ਅੱਜ ਦੇ ਸਮਾਗਮ 'ਤੇ ਉਹ ਨਿੱਕੀ ਨਿੱਕੀਆਂ ਬੱਚੀਆਂ ਬਹੁਤ ਉਤਸ਼ਾਹ ਲੈ ਕੇ ਜਾ ਰਹੀਆਂ। ਇਹ ਨਿੱਕੀ ਜਿਹੀ ਬੱਚੀ ਨੇ ਕਿਹਾ ਕਿ ਮੇਰਾ ਸੁਪਨਾ ਪਾਇਲਟ ਬਣਦਾ ਹੈ। ਸਾਡੀ ਪਰਮਾਤਮਾ ਅੱਗੇ ਅਰਦਾਸ ਹੈ ਕਿ ਪਾਇਲਟ ਹੀ ਬਣੇ ਅਤੇ ਉਮੀਦ ਹੈ ਕਿ ਅੱਜ ਦੇ ਪ੍ਰੋਗਰਾਮ ਤੋਂ ਹੋਰ ਵੀ ਬਹੁਤ ਸਾਰੀਆਂ ਨਿੱਕੀਆਂ ਨਿੱਕੀਆਂ ਬੱਚੀਆਂ, ਧੀਆਂ, ਪੁੱਤਰੀਆਂ ਉਹ ਬਹੁਤ ਕੁਝ ਸਿੱਖ ਕੇ ਜਾਣਗੀਆਂ ਔਰ ਜੀਵਨ ਦੇ ਵਿੱਚ ਕਰਨਗੀਆਂ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਡੇਰਾ ਸੰਤ ਅਹਿਲਦਾਸ ਸੰਤ ਬਾਬਾ ਸਤਨਾਮ ਚੌਂਕ ਵਿਖੇ 6ਵਾਂ ਧੀਆਂ ਦੀ ਲੋਹੜੀ ਦਾ ਸਮਾਗਮ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਦੇ ਨਾਲ ਸੰਗਤਾਂ ਨੇ ਮਨਾਇਆ, ਜਿਹਦੇ ਵਿੱਚ ਧੀਆਂ ਨੂੰ ਜੋ ਭਰੂਣ ਹੱਤਿਆ ਵਰਗੀਆਂ ਇਹ ਨਾਮਰਾਦ ਬਿਮਾਰੀਆਂ ਉਹਨਾਂ ਤੋਂ ਛੁਟਕਾਰਾ ਪਾਉਣ ਲਈ ਔਰ ਸਿੱਖਿਅਤ ਕਰਨ ਲਈ, ਸਮਾਜ ਵਿੱਚ ਬਣਦਾ ਰੁਤਬਾ ਦੇਣ ਲਈ ਇਹ ਜੋ ਸਿੱਖਿਆਦਾਇਕ ਨਾਟਕ, ਕਵਿਤਾਵਾਂ, ਗੀਤ ਦੁਆਰਾ ਪ੍ਰੇਰਿਤ ਕਰਨ ਦਾ ਇੱਕ ਬਹੁਤ ਵੱਡਾ ਸੰਗਤਾਂ ਨੇ ਉਪਰਾਲਾ ਕੀਤਾ ਆ। ਉਮੀਦ ਕਰਦੇ ਹਾਂ ਕਿ ਇਹਦਾ ਚੰਗਾ ਨਤੀਜਾ ਆਵੇਗਾ, ਕਿਉਂਕਿ ਇਹਦੇ ਵਿੱਚ ਨਸ਼ਿਆਂ ਦੇ ਖਿਲਾਫ਼ ਔਰ ਅਗਿਆਨਤਾ ਦੇ ਖਿਲਾਫ਼, ਵਹਿਮਾਂ ਭਰਮਾਂ ਦੇ ਖਿਲਾਫ਼ ਬਹੁਤ ਸਾਰੇ ਨਾਟਕ, ਕਵਿਤਾਵਾਂ ਕਲਾਕਾਰਾਂ ਨੇ ਪੇਸ਼ ਕੀਤੇ ਆ। ਪਹਿਲੇ ਵਿੱਦਿਆ ਚਾਨਣ ਹੋਏ ਮਾਧੋ ਵਿੱਦਿਆ ਹਿਤਕੀਨ ਵਿਵੇਕ ਦੀਪਮੀਨ। ਉਮੀਦ ਕਰਦੇ ਹਾਂ ਇਹਦਾ ਚੰਗਾ ਸੁਨੇਹਾ, ਚੰਗਾ ਲਾਭ ਹੋਵੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਸਹਿਯੋਗੀਆਂ ਦਾ ਔਰ ਜਿਨ੍ਹਾਂ ਨੇ ਮਾਇਆ ਦੇ ਕੇ ਇਹ ਸਹਿਯੋਗ ਦਿੱਤਾ ਉਹਨਾਂ ਦਾ ਵੀ ਧੰਨਵਾਦ। ਨਗਨ ਵਾਸੀਆਂ ਧੰਨਵਾਦ, ਆਲੇ ਇਲਾਕੇ ਦੀਆਂ ਸੰਗਤਾਂ ਧੰਨਵਾਦ, ਸਰਕਾਰੀ ਜੋ CDPO ਉਹਨਾਂ ਦੇ ਅਫਸਰ ਅਤੇ ਸਮੂਹ ਉਹਨਾਂ ਦੇ ਜੋ ਵਰਕਰ ਹੈ ਉਹਨਾਂ ਦਾ ਵੀ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।